You are watching India Web TV. नमस्कार दोस्तों, मैं मनिंदर सिंह इंडिया वेब टीवी पे आपका स्वागत करता हूँ। लॉकडाउन के दौरान यह पंजाब पुलिस का चेहरा उभर कर सामने देखने को मिला और बहुत से पुलिस मुलाजिम अपनी ड्यूटी से ऊपर उठकर कार्य करते हुए दिखाई दिए। वहीं वर्दी का गलत इस्तेमाल कर पुलिस का नाम खराब करने की कमी भी विभाग में नहीं है, जो आज भी अपनी हरकतों से बाज नहीं आ रहे और विभाग का नाम बदनाम करने में लगे हुए हैं। ऐसा ही एक मामला जिला होशियारपुर के कस्बा दसुआ के अंतर्गत आते गांव टेरकियाना से है। यहां 3 दहागिरों को जाते समय 3 पुलिस मुलाजिमों ने पकड़ लिया और उनसे 6,520 रुपये छीन लिए और तीनों की मौके पर ही धुलाई कर दी, जिसके बाद राहगीरों ने गांव के सरपंच को सूचित किया। जैसे ही गांववासी इकट्ठा हुए, 2 पुलिस मुलाजिम वर्दीधारी मौके से भाग गए, जबकि एक को मौके से जाने नहीं दिया। इस मामले को पुलिस के हवाले कर दिया गया, जिसके बाद जांच के उपरांत मामला दर्ज कर दिया गया और जांच आरंभ कर दी है। पुलिस ने एक को हिरासत में ले लिया है, जबकि 2 अभी भी फरार बताए जा रहे हैं। इसी तरह की और खबरें सुनने के लिए हमारे चैनल इंडिया वेब टीवी को सब्सक्राइब करें। धन्यवाद। सर, जिहड़ा ये मामला होया, अज्ज की गलबात होई जिहड़ी है मुलाजम दे खड़े? तकरीबन 5:30 बजे एक टैलीफोन आया सीगा, इस तरीके नाल एक सिवर कपड़े दे विच है, कैपरी पाई, टी शर्ट पाई हुई है ते सिर ते पटका बंदा सिवर कपड़े विच, 2 वर्दीधारी हैगे नौजवान ने। इन्हां ने 3 मोटरसाइकिल रोक के उन्हां दे कोलों पैसे खोले ने। मुड़ के उस मौके तुरंत मैं समीर दस जी परमजीत सिंह ਸਮੇਤ ਫੋਰਸ ਉੱਥੇ ਮੌਕੇ 'ਤੇ ਪੁੱਜੇ, ਤੋਂ ਪੁੱਜ ਕੇ ਸਾਰਾ ਉੱਥੇ ਦੇਖਿਆ ਜਾ ਗਿਆ। ਪਬਲਿਕ ਨੇ ਸਾਡੇ ਜਾਣ ਤੋਂ ਪਹਿਲਾਂ ਜਿਹੜਾ ਇੱਕ ਸਿਲੇ ਚਿੱਟੇ ਕੱਪੜਿਆਂ ਵਿੱਚ ਸੀਗਾ ਉਹਨੂੰ ਰੋਕਿਆ ਸੀਗਾ ਜਾ ਕੇ, ਜਦੋਂ ਅਸੀਂ ਪਤਾ ਪੁਲਿੰਗ ਕੀਤੀ, ਪਤਾ ਕਰਦੇ ਪਤਾ ਕੁਛ ਨਹੀਂ, ਇੱਥੇ ਪਤਾ ਲੱਗਿਆ ਉਹਨਾਂ ਕੋਲੋਂ ਕਿ ਉਹ ਹਰਮਨਜੀਤ ਸਿੰਘ ਇੰਸਪੈਕਟਰ ਸੀਗੇ ਸਾਡੇ ਡਿਪਾਰਟਮੈਂਟ ਦੇ, ਅਤੇ ਚਿੱਟੇ ਕੱਪੜਿਆਂ ਵਿੱਚ ਸੀਗੇ। ਪੁਲਿਸ ਨੇ ਹੁਸ਼ਿਆਰਪੁਰ ਖਿੱਚ ਵੀ ਕਰਦੇ ਨੇ, ਅਤੇ ਇੱਕ ਨਾਲ ਸੀ ਜਿਹੜੇ ਵਰਦੀ ਵਿੱਚ ਜਸਪਾਲ ਸਿੰਘ ਲੋਕਲ ਰੈਂਕ ਦੇ ASI 825 ਨੰਬਰ ਹੁਸ਼ਿਆਰਪੁਰ ਦੇ ਵਿੱਚ, ਇੱਕ ਬਲਵਿੰਦਰ ਸਿੰਘ ਉਹ ਵੀ ਲੋਕਲ ਰੈਂਕ ASI ਹੈ, ਉਹ BAP ਵੱਲੋਂ ਦੇ ਜੋ SPF ਟੀਮ ਦੇ ਵਿੱਚ ਜਿਹੜੇ ਕਰੋਨਾ ਰੂਟ ਕਰਕੇ ਡਿਊਟੀ ਲਾਏ ਹੋਏ ਸੀ। ਇਹਨਾਂ ਨੇ ਅੱਜ ਆਪਣੀ ਗੱਡੀ ਨੰਬਰ DB07A39 ਟਾਟਾ ਕੰਪਨੀ ਇੱਕ ਤਿਰਖਾ ਸਾਈਡ ਰੂਟ ਦੇ ਗਏ ਸੀਗੇ, ਇਹਨਾਂ ਦਾ ਦਸਮ ਤਾਂ ਉਹਨਾਂ ਦਾਰੂ ਪੀਤੀ ਹੋਈ ਸੀ। ਜਦੋਂ ਇਹ 3 ਨੌਜਵਾਨ ਰੋਮੀ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਡਾਟ ਸਾਂਗਲਾ ਅਤੇ ਗੁਰਵਿੰਦਰ ਸਿੰਘ ਪੁੱਤਰ ਸ਼ਿਵਚਰਨ ਸਿੰਘ ਵਾਸੀ ਹਿੰਦਪੁਰ, ਗੁਰਨਾਮ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਹਿੰਦਪੁਰ, ਤਿੰਨੇ ਇੱਕ ਸਾਪੜੇ ਸਭ ਇਹਦੇ ਸਪਲੈਂਡਰ ਮੋਟਰਸਾਈਕਲ 'ਤੇ, ਇਹ ਵੀ ਤੀਰ 'ਚ ਸ਼ਾਹ ਨਹਿਰ ਵਾਲੇ ਪਾਸੇ ਹੋ ਜਿਹੜੇ ਬੰਨੇ ਹੈਗਾ ਆਪਣਾ ਪਾਵਰ ਹਾਊਸ ਹੈਗਾ ਉਹਦੀ ਸਾਈਡ ਤੋਂ, ਇੱਧਰ ਜੋ ਛੁਰੀਏ ਦੀ ਸ਼ਮਸ਼ਾਨ ਘਾਟ ਲਾਗੇ ਪੁੱਜੇ, ਇਹਨਾਂ ਨੇ ਉੱਥੇ ਗੱਡੀ ਦੇ ਨਾਲ ਰੋਕ ਕੇ ਮੋਟਰਸਾਈਕਲ 'ਤੇ ਰੋਕਿਆ, ਇਹਨਾਂ ਨੂੰ ਗਾਂ ਤੋਂ ਘਾ ਕੇ ਅਤੇ ਇਹਨਾਂ ਨੂੰ ਕਹਿੰਦੇ ਵੀ ਦਬਕਾ ਮਾਰਿਆ ਨੇ ਚਿੱਟੇ ਕੱਪੜੇ ਵਾਲੇ ਨੇ ਰੋਮੀ ਦੇ ਬਿਆਨਾਂ ਦੇ ਮੁਤਾਬਕ ਦਬਕਾ ਮਾਰਿਆ, ਅਤੇ ਇਹਨਾਂ ਨੇ ਉਹਦੀ ਜੇਬ ਵਿੱਚੋਂ ਪੈਸੇ ਕੱਢ ਲਏ, ਪੈਸੇ 6520 ਰੁਪਏ ਕੱਢ ਲਏ, ਉੱਥੇ ਮੁੜ ਕੇ ਨਾ ਗੱਡੀ 'ਚ ਬਹਿ ਕੇ ਤੁਰ ਪਏ। ਇਹਨਾਂ ਨੇ ਮਗਰ ਮੋਟਰਸਾਈਕਲ ਲਾ ਲਿਆ ਅਤੇ ਨਾਲ ਹੀ ਉੱਥੇ ਵਧਾਈ ਦੇ ਸਰਪੰਚ ਨੇ, ਵਧਾਈ ਦੇ ਸਰਪੰਚ ਸਾਹਿਬ ਨੂੰ ਫੋਨ ਕੀਤਾ ਵੀ ਆਹ ਗੱਲ ਹੋ ਗਈ, ਉਹਨਾਂ ਵੀ ਮਗਰ ਆਪਣੇ ਹੋਰ ਯਾਰ ਦੋਸਤਾਂ ਨੂੰ ਫੋਨ ਕੀਤੇ ਅਤੇ ਪਬਲਿਕ ਮਗਰ ਇਕੱਠੀ ਹੋ ਕੇ ਲੱਗ ਗਈ। ਜਦੋਂ ਉੱਚੀ ਬੱਸੀ ਵਾਲੇ ਰੇਲਵੇ ਫਾਟਕ 'ਤੇ ਹੁਣ ਜਦੋਂ ਫਾਟਕ ਬੰਦ ਹੋਣ ਗੱਡੀ ਰੋਕੀ, ਮੋਟਰਸਾਈਕਲ ਵਾਲੇ ਮਗਰ ਆ ਗਏ,
ਕਿ ਕਿੱਥੇ ਕਮਰੇ ਦਾ ਹਰਮਨਜੀਤ ਸਿੰਘ ਇੰਸਪੈਕਟਰ ਨੂੰ ਦੱਸਣ ਲੱਗ ਪਏ। ਉਹ ਇਹਨਾਂ ਕੋਲ ਪੈਸੇ ਮੰਗ ਰਹੇ, ਵਾਪਸ ਨਹੀਂ ਕਰਦੇ। ਉਦੋਂ ਮੈਂ ਮੈਨੇਜਰ ਗੱਡੀ ਲੰਘ ਗਈ ਅਤੇ ਫਾਟਕ ਖੁੱਲ੍ਹਿਆ। ਇਹ ਜਿਹੜੇ ਦੋ ਜਿਹੜੇ ਵਰਦੀ ਵਾਲੇ ਸੀਗੇ ਆਪਣੇ ਕੁਲਵਿੰਦਰ ਸਿੰਘ ਅਤੇ ਜਸਪਾਲ ਸਿੰਘ, ਇਹ ਮੁੜ ਕੇ ਗੱਡੀ ਅੱਗੇ ਕਰਕੇ ਫਿਰ ਵਾਪਸ ਗਏ ਦੱਸ ਕੇ ਲਾਉਣ ਵਾਸਤੇ। ਉੱਥੇ ਉਹ ਇਹਨਾਂ ਨੂੰ ਪੈਸੇ ਮੰਗੇ, ਤਾਂ ਵਾਪਸ ਨਹੀਂ ਕੀਤੇ। ਸੋਲਾਂ ਇਕੱਠੀ ਹੁੰਦੀ ਵੇਖ ਕੇ, ਜਿਹੜੇ ਜਸਪਾਲ ਸਿੰਘ ਲੋਕਰ ਰੰਗੀ ਅਸਾਂ ਜੀ, ਕੁਲਵਿੰਦਰ ਸਿੰਘ ਲੋਕਰ ਰੰਗੀ ਅਸਾਂ ਜੀ, ਆਪਣੀ ਗੱਡੀ ਜਿਹੜੀ ਹੈਗੀ ਉਸ ਮੌਕੇ ਤੋਂ ਭਜਾ ਕੇ ਮੁੱਕੀ ਗਏ ਸਿਰ ਬੰਧੋਗੇ। ਅਤੇ ਇਹਨਾਂ ਨੇ ਮੌਕੇ 'ਤੇ ਕਾਬੂ ਕਰ ਲਿਆ, ਮੌਕੇ 'ਤੇ ਕਾਬੂ ਕਰ ਲਿਆ। ਹੁਣ ਇੱਥੇ ਕੋਈ ਜਿਹੜਾ ਹੈਗਾ ਵਾ ਰੋਮੀ ਸਿੰਘ ਪੁੱਤਰ ਰਣਵੀਰ ਸਿੰਘ ਦੇ ਬਿਆਨ 'ਤੇ ਮੁਕਦਮਾ ਨੰਬਰ 135 ਮਿਤੀ 16/6/2020 ਅੰਡਰ ਸੈਕਸ਼ਨ 384-120 BIP 34 IP ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਜਾਰੀ। ਸਰ, ਇਹ 'ਚ ਗ੍ਰਿਫਤਾਰੀ ਕਿਹਦੀ ਕਿਹਦੀ ਅਜੇ ਹੋਈ ਹੈ? ਇਹਦੇ ਵਿੱਚ ਜਿਹੜੀ ਕੀ ਗ੍ਰਿਫਤਾਰੀ ਹੋ ਸਕਦੀ ਹੈ, ਜਿਵੇਂ ਆਪਣੇ ਇੰਸਪੈਕਟਰ ਹਰਮਨਜੀਤ ਸਿੰਘ ਅਤੇ ਬਾਕੀ ਸਰ ਬਾਕੀ ਮੌਕੇ ਤੋਂ ਭੱਜ ਗਏ ਸੀਗੇ, ਉਹਨਾਂ ਦੀ ਗ੍ਰਿਫਤਾਰੀ ਬਾਕੀ ਅੱਗੇ ਤਬਦੀਲ ਜਾਰੀ, ਜੋ ਤੱਕ ਸਾਹਮਣੇ ਆਉਂਦੇ ਕਬੂਲ ਕਰਨ ਲਿਆਉਂਦੇ ਜਾਣ। You are watching India Web TV.